ਅਮਰਜੀਤ ਸਿੰਘ ਖਾਲਸਾ ਦੇ ਵੱਲੋਂ ਕੰਗਣਾ ਰਣੌਤ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਰਣੌਤ ਬੇਬੁਨਿਆਦੀ ਬਿਆਨਬਾਜ਼ੀ ਜਿਹੜੀ ਹੈ ਉਹ ਜਾਰੀ ਕਰਦੀ ਹੈ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਬਿਆਨਬਾਜ਼ੀਆਂ ਦਿੱਤੀਆਂ ਗਈਆਂ, ਇਹ ਸਵਾਲ ਜਿਹੜਾ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਸਾਡੇ ਸਹਿਯੋਗੀ ਦੇ ਵੱਲੋਂ ਵੀ ਕੀਤਾ ਗਿਆ। ਤਾਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੰਗਣਾ ਰਣੌਤ ਦੇ ਵੱਲੋਂ ਬੇਫਜ਼ੂਲ ਜਿਹੜੀਆਂ ਨੇ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਪੰਜਾਬ ਨੂੰ ਲੈ ਕੇ, ਕਿਸਾਨਾਂ ਨੂੰ ਲੈ ਕੇ, ਹਾਲਾਂਕਿ ਕਿਸਾਨ ਅੰਦੋਲਨ 2.0 ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ, ਇਸ ਇਹਨਾਂ ਪੂਰੀ ਬਿਆਨਬਾਜ਼ੀ ਦੀ ਨਿੰਦਾ ਜਿਹੜੀ ਹੈ ਹਰ ਇੱਕ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਉਹਨਾਂ ਦੀ ਖੁਦ ਦੀ ਪਾਰਟੀ ਭਾਜਪਾ ਵੀ ਉਹਨਾਂ ਦੇ ਬਿਆਨਬਾਜ਼ੀਆਂ 'ਤੇ ਚੁੱਪੇ ਵੱਟੇ ਹੋਏ ਹੈ। ਤਾਂ ਇਸ ਨੂੰ ਲੈ ਕੇ ਹੁਣ ਸਾਂਸਦ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਬਿਆਨ ਜਿਹੜਾ ਦਿੱਤਾ ਗਿਆ, ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਰਣੌਤ ਜਿਹੜੇ ਨੇ ਮੁੜ ਤੋਂ ਬਿਆਨਬਾਜ਼ੀ ਕਰਦੇ ਰਹਿੰਦੇ ਨੇ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ ਅਤੇ ਦੇਖ ਸਕਦੇ ਹੋ ਕਿ ਸੰਗਤਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਗਾ ਅਤੇ ਇਸ ਮੌਕੇ ਦੇ ਉੱਪਰ ਸਰਬਜੀਤ ਸਿੰਘ ਖਾਲਸਾ ਪਹੁੰਚੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਸਾਹਿਬ ਵਾਹਿ ਫਤਿਹ ਜੀ। ਅੱਜ ਬੜਾ ਮਹਾਨ ਦਿਨ ਹੈ। ਹਾਂਜੀ, ਅੱਜ ਪ੍ਰਕਾਸ਼ ਦਿਹਾੜਾ ਹੈ, ਪਹਿਲਾ ਪ੍ਰਕਾਸ਼ ਦਿਹਾੜਾ ਹੈ, ਬਹੁਤ ਖੁਸ਼ੀ ਵਾਲਾ ਚੜ੍ਹਦੀ ਕਲਾ ਵਾਲਾ ਦਿਨ ਹੈ। ਮਾਹੌਲ ਕਿੱਦਾਂ ਦੇਖ ਰਹੇ ਹੋ, ਕਿਉਂਕਿ ਤੁਸੀਂ ਹੁਣ ਐਮ ਪੀ ਹੋ, ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਰਹੇ ਨੇ, ਹੁਣ ਖਡੂਰ ਸਾਹਿਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਕਿੱਦਾਂ ਹੱਲ ਕੀਤੇ ਜਾਣਗੇ, ਤੁਸੀਂ ਵੀ ਮੁਲਾਕਾਤ ਕਰਕੇ ਆਏ? ਇਹ ਤਾਂ ਜੀ ਅੰਮ੍ਰਿਤਪਾਲ ਸਿੰਘ ਹੀ ਆਪਣੇ ਉਹਨਾਂ ਦੇ ਹਲਕੇ ਦੇ ਮੁੱਦੇ ਤਾਂ ਉਹ ਹੀ ਹੱਲ ਕਰ ਸਕਦੇ ਆ। ਹਾਂ, ਰੱਖਣਾ ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਐਮ ਪੀ ਦੇ ਸਾਈਨ ਦੀ ਲੋੜ ਹੁੰਦੀ ਹੈ, ਫਿਰ ਐਮ ਪੀ ਤੋਂ ਬਿਨਾਂ ਤਾਂ ਫਿਰ ਕੰਮ ਰੁਕ ਜਾਣਗੇ ਸਾਰੇ। ਹਾਂ, ਹਾਲਾਤ ਠੀਕ ਹੈ ਜੀ, ਬਸ ਹੁਣ ਬਾਦਲਾਂ ਦਾ ਜਿਹੜਾ ਸੀਗਾ ਪਤਾ ਲੱਗ ਚੁੱਕਾ ਹੈ ਸਾਰਿਆਂ ਨੂੰ। ਹਾਂ, ਭਗਵੰਤ ਮਾਨ ਦਾ ਵੀ ਜਿਹੜਾ ਸਾਰਾ ਲੋਕਾਂ ਦੇ ਮੂਹਰੇ ਆ ਗਿਆ ਵੀ ਗੱਲਾਂ ਕਿਹੜੀਆਂ ਕਰਦੇ ਸੀ, ਕੀਤਾ ਕੁਛ ਵੀ ਨੀ। ਹਾਂ, ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ, ਚਲੋ ਜੋ ਉਸ ਟਾਈਮ ਗਲਤੀਆਂ ਹੋਈਆਂ ਨੇ ਉਹ ਮੰਨ। ਸਪਸ਼ਟੀਕਰਨ ਨਾਲ ਵੀ ਬਾਈ ਜੀ ਗਲਤੀ ਛੋਟੀ ਮੋਟੀ ਥੋੜੀ ਹੈ, ਕੋਈ ਛੋਟੀ ਮੋਟੀ ਗਲਤੀ ਹੋਵੇ ਫਿਰ ਤਾਂ ਮੰਨੀਏ। ਤੁਸੀਂ ਸਰਸੇ ਵਾਲੇ ਦੀਆਂ ਵੋਟਾਂ ਲੈਣ ਪਿੱਛੇ ਪੰਥ ਨੂੰ ਦਾਤੇ ਲਾਤਾ, ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਗੱਲ ਹੈ? ਮਹਾਰਾਜ ਦੀ ਬੇਅਦਬੀ ਤੇ ਅੱਖਾਂ ਤੁਸੀਂ ਮੀਚ ਲੀਆਂ ਬਈ ਅਸੀਂ ਸਰਸੇ ਵਾਲਿਆਂ ਦੇ ਬੰਦੇ ਨਾ ਫੜੀਏ, ਜੇ ਅਸੀਂ ਫੜ ਲਏ ਤਾਂ ਸਰਸੇ ਵਾਲੀ ਵੋਟ ਟੁੱਟ ਜਾਊਗੀ। ਕਿੱਡੀ ਕਿੱਡੀ ਵੱਡੀ ਗੱਲ ਹੈ, ਇਹ ਕੋਈ ਛੋਟੀ ਗੱਲ ਹੈ? ਇਹ ਗੁਨਾਹ ਨਹੀਂ ਕਦੇ ਮਾਫ ਹੋਣਾ। ਚੀਜ਼ ਹੈਗੀ ਨਾ ਕਿ ਸੁਖਬੀਰ ਬਾਦਲ ਕਹਿ ਰਹੇ ਕਿ ਜਿਵੇਂ ਉਸ ਟਾਈਮ ਹੋਮ ਮਿਨਿਸਟਰ ਜਿਹੜਾ ਬਾਗੀ ਧੜਾ ਵਾ ਉਹ ਵੀ ਉਸ ਟਾਈਮ ਹੈਗਾ ਜਿਹੜਾ ਇੱਥੇ ਮੰਗ ਪੱਤਰ ਦੇ ਕੇ ਗਏ। ਸਾਰੇ ਦੋਸ਼ੀ ਹੈ, ਅਸੀਂ ਥੋੜੀ ਕਹਿੰਦੇ ਆ ਕਿਸੇ ਨੂੰ ਵੀ ਉਹ ਦੋਸ਼ੀ ਨਹੀਂ ਹੈ, ਸਾਰੇ ਦੋਸ਼ੀ ਹੈ। ਜੋ ਉਸ ਟਾਈਮ ਰਾਜ ਭੋਗ ਰਹੇ ਸੀ ਸਾਰੇ ਦੋਸ਼ੀ ਹੈ, ਉਹਨਾਂ ਨੇ ਆਵਾਜ਼ ਕਿਉਂ ਨਹੀਂ ਚੱਕੀ? ਕੰਗਣਾ ਨੂੰ ਕਿੱਦਾਂ ਦੇਖ ਰਹੇ ਹੋ, ਕੰਗਣਾ ਦੇ ਵੱਲੋਂ ਜਿਹੜਾ ਬਿਆਨਬਾਜ਼ੀ ਜਿਹੜੀ ਕੀਤੀ? ਕੰਗਣਾ ਦਾ ਤਾਂ ਜੀ ਬਸ ਹੁਣ ਮੈਨੂੰ ਲੱਗਦਾ ਬੀਜੇਪੀ ਵਾਲੇ ਕੱਢ ਦੇਣਗੇ ਉਹਨੂੰ ਛੇਤੀ ਪਾਰਟੀ ਚੋਂ। ਕੱਢਿਆ ਨਹੀਂ ਜਾ ਰਿਹਾ ਕਿਉਂਕਿ ਉਹ ਬਿਆਨ ਤਾਂ ਦੇ ਕਿ ਸਿੱਖਾਂ ਨੂੰ ਬਦਨਾਮ ਕਰ ਰਿਹਾ। ਐਮਰਜੈਂਸੀ ਜਿਹੜੀ ਫਿਲਮ ਆਈ ਆ ਉਹ ਸਿੱਖਾਂ ਨੂੰ ਬਦਨਾਮ ਕਰ ਰਹੀ, ਉਹ ਕਹਿੰਦੀ ਕਿ ਮੇਰੀ ਫਿਲਮ ਦੇ ਉੱਪਰ ਰੋਕ ਲਗਾ ਦਿੱਤੀ। ਰੋਕ ਤਾਂ ਹੀ ਲਗਾਈ ਹੈ ਨਾ, ਗਲਤ ਹੈ, ਗਲਤ ਸ਼ੋਅ ਕੀਤਾ ਹੈ। ਜਿਹੜਾ ਸਿੱਖਾਂ ਦਾ ਅਕਸ ਹੈ ਉਹ ਗਲਤ ਸ਼ੋਅ ਕੀਤਾ ਹੈ ਨਾ। ਦੇਖੋ ਜੇ ਬੀਜੇਪੀ ਇਹ ਗੱਲ ਸਮਝ ਲਵੇ ਬਈ ਜੋ ਉਹਦੇ ਫਿਲਮ 'ਚ ਦਿਖਾਇਆ ਹੈ ਉਹ ਗਲਤ ਹੈ, ਹਾਂ ਉਸ 'ਤੇ ਪਰਮਾਨੈਂਟ ਹੀ ਰੋਕ ਲਾ ਦੇਵੇ। ਸਰਕਾਰ ਕਿਉਂ ਚੁੱਪ ਹੈਗੀ ਆ, ਕਿਉਂ ਨਹੀਂ ਉਹਨਾਂ ਨੂੰ ਉਹਦੇ ਤੋਂ ਕੱਢਿਆ? ਕੱਢਣਗੇ, ਟਾਈਮ ਆਏ ਤਾਂ ਹੀ ਕੱਢਣਗੇ। ਮੰਗ ਕਰਦੇ? ਅਸੀਂ ਤਾਂ ਮੰਗ ਕਰਦੇ ਹਾਂ ਜੀ, ਬੀਜੇਪੀ ਨੂੰ ਕੱਢਣਾ ਚਾਹੀਦਾ ਕੰਗਣਾ ਨੂੰ। ਜਿਹੜੀ ਬਿਆਨਬਾਜ਼ੀ ਹੁੰਦੀ ਆ ਤਾਂ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਜਾ ਰਿਹਾ, ਮਾਹੌਲ ਖਰਾਬ ਕੀਤਾ ਜਾ ਰਿਹਾ।
ਹਾਂਜੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਦਾਂ ਜੋ ਬਿਆਨਬਾਜ਼ੀ ਕਰਦੇ ਮਾਹੌਲ ਖਰਾਬ ਤਾਂ ਆਪੇ ਹੀ ਹੋਣਾ। ਇਹ ਗੱਲ ਤਾਂ ਹੁਣ ਸੈਂਟਰ ਨੂੰ ਸਮਝਣੀ ਚਾਹੀਦੀ ਹੈ। ਖਾਲਸਾ ਪਹੁੰਚੇ ਹੋਏ ਨੇ ਤੇ ਜਿੱਥੇ ਕਿ ਕੰਗਣਾ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਆਪਣੇ ਉਹਦੇ ਤੋਂ ਬਾਹਰ ਕੱਢਣਾ ਚਾਹੀਦਾ ਤੇ ਇਸ ਕੰਗਣਾ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਸਿੱਖਾਂ ਪ੍ਰਤੀ ਜਿਹੜੇ ਐਮਰਜੈਂਸੀ ਫਿਲਮ ਦੇ ਉੱਪਰ ਰੋਕ ਲੱਗੀ ਹੈ ਬਿਲਕੁਲ ਸਹੀ ਲਗਾਈ ਗਈ ਆ, ਕਿਉਂਕਿ ਇੱਦਾਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ।